ਅਗਲੀ ਗੱਲ ਬਾਤ ਦੋਸਤੋ 온ਟਾਰੀਓ ਦੇ ਵਿੱਚ ਕਾਰ ਚੋਰੀ ਬਾਰੇ ਲਗਭਗ ਅਸੀਂ ਦੂਜੀ ਤੀਜੀ ਗੱਲਬਾਤ ਕਰਦੇ ਰਹਿੰਦੇ ਕਿਉਂਕਿ ਇਹਦੇ ਬਾਰੇ ਅਪਡੇਟਸ ਬਹੁਤ ਆਉਂਦੀਆਂ ਹੁਣ ਜ਼ਿਆਦਾ ਲੋਕਾਂ ਨੂੰ ਕਿਹਾ ਗਿਆ ਆ ਇੰਸ਼ੋਰੈਂਸ ਕੰਪਨੀਆਂ ਵੱਲੋਂ ਕਿ ਕਸਟਮਰਸ ਨੂੰ ਕਿ ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਐਂਟੀ ਥੈਫਟ ਟਰੈਕਿੰਗ ਡਿਵਾਈਸ ਲਾਓ ਆ ਜਿਹੜੇ ਕੁਝ ਇੰਸ਼ੋਰੈਂਸ ਜਿਹੜੇ ਆ ਉਹ ਪੇ ਕਰ ਰਹੇ ਆ ਇੰਸਟਾਲੇਸ਼ਨ ਦਾ ਤੇ ਦੂਜੇ ਪੇ ਨਹੀਂ ਕਰ ਰਹੇ ਮਤਲਬ ਜੇ ਹੁਣ ਲੋਕ ਕਹਿੰਦੇ ਆ ਵੀ ਜੇ ਉਹ ਸਾਨੂੰ ਕਹਿੰਦੇ ਆ ਵੀ ਆਹ ਚੀਜ਼ ਕਾਰ ਦੇ ਵਿੱਚ ਲਾਓ ਤੇ ਉਹਨਾਂ ਨੂੰ ਸਾਨੂੰ ਪੇ ਕਰਨਾ ਚਾਹੀਦਾ ਇਹਦਾ ਪਰ ਕੁਝ ਪੇ ਨਹੀਂ ਕਰ ਰਹੇ ਤੇ ਲੋਕਾਂ ਨੂੰ ਪੱਲਿਓਂ ਐਡਵਾਈਸ ਲਵਾਉਣੇ ਪੈ ਰਹੇ ਆ ਹਾਲਾਂਕਿ ਪਤਾ ਨਹੀਂ ਐਡਵਾਈਸ ਦੇ ਨਾਲ ਵੀ ਕਿੰਨਾ ਕੁ ਵਿਚਾਰ ਹੁੰਦਾ ਜਾਂ ਕਾਰ ਚੋਰੀ ਹੋਣ ਤੋਂ ਕਿੰਨਾ ਬਚਦੀ ਆ ਪਰ ਇਹ ਜਿਹੜਾ ਆ ਹੁਣ ਉਹ ਕਿਉਂ ਲਾਉਣ ਇਹ ਚੀਜ਼ ਮੰਨ ਲਓ ਕਿਸੇ ਬੰਦੇ ਦੀ ਕਾਰ ਹੀ ਗਰਾਜ ਦੇ ਵਿੱਚ ਹੁੰਦੀ ਆ 90% ਉਹਦੀ ਕਾਰ ਗਰਾਜ ਦੇ ਅੰਦਰ ਲੌਕਡ ਆ ਤੇ ਉਹ ਕਹਿੰਦੇ ਅਸੀਂ ਕਿਉਂ ਲਾਈਏ ਕੁਝ ਲੋਕਾਂ ਨੂੰ ਇਹ ਚਿੱਠੀਆਂ ਆਈਆਂ ਇੰਸ਼ੋਰੈਂਸ ਕੰਪਨੀ ਵੱਲੋਂ ਜਿਹੜੇ ਇਹ ਕਹਿ ਰਹੇ ਆ ਕਿ ਉਹਦੇ ਕੋਲ 2021 ਲੋਕ ਕਿਸੇ ਕੋਲੇ 2021 ਦੀ Honda Accord ਆ ਤੇ ਉਹ ਕਹਿੰਦਿਆ ਵੀ ਇਹਨੂੰ ਜਿਹੜਾ ਹਾਈ ਰਿਸਕ ਆ ਇਹ ਵਹੀਕਲ ਜਿਹੜਾ ਚੋਰੀ ਹੋ ਸਕਦਾ ਆ ਸੋ ਵੀ ਜਦੋਂ ਵੀ ਉਹਨਾਂ ਦੀ ਪਾਲਿਸੀ ਰੈਨਿਊ ਹੁੰਦੀ ਆ ਤਾਂ ਉੱਥੇ ਫਿਰ ਉਹਨਾਂ ਨੂੰ ਨਵੇਂ ਹਿਸਾਬ ਨਾਲ ਚੱਲਣਾ ਪੈਂਦਾ ਕੁਝ ਕਾਰਨ ਉਹਨਾਂ ਨੇ ਇੱਕ ਕੈਟਾਗਰੀ ਚ ਰੱਖਿਆ ਕਿ ਹਾਈ ਰਿਸਕ ਆ ਜਾਂ ਇਹਨਾਂ ਨੇ ਲਿਸਟ ਕੱਢੀ ਆ ਵੀ ਆਹ ਜਿਹੜੀਆਂ ਕਾਰਾਂ ਸਭ ਤੋਂ ਜ਼ਿਆਦਾ ਚੋਰੀ ਹੁੰਦੀ ਆ ਹੁਣ ਇਹ ਆ ਕਿ ਜਿਹੜਾ ਉਹਨੂੰ ਇਹਦੇ ਨਾਲ ਜਿਹੜਾ ਜੇ ਉਹ ਵਲਨਰੇਬਲ ਦੇ ਵਿੱਚ ਆਉਂਦਾ ਆ ਤੇ ਉਹਨੂੰ ਜਿਹੜਾ ਉਹ ਹੋ ਸਕਦਾ ਜੇਕਰ ਉਹ 249 ਡਾਲਰ ਪਲੱਸ ਟੈਕਸ ਦਾ ਇੱਕ ਟੈਗ ਉਹਦੇ ਵਿੱਚ ਐਂਟੀ-ਥੈਫਟ ਸਿਸਟਮ ਲਾ ਦੇਵੇ ਤੇ ਉਹਦਾ ਇੰਸ਼ੋਰੈਂਸ ਨਹੀਂ ਵਧੂਗਾ ਤੇ ਪਰ ਇਹ ਆ ਵੀ ਉਹ ਉਹਨੂੰ ਕੋਲੋਂ ਲੌੜਾ ਪੈਣਾ ਇਹ ਲੋਕ ਇਹ ਕਹਿੰਦੇ ਆ ਵੀ 2-300 ਡਾਲਰ ਜਿਹੜਾ ਕੋਲੋਂ ਅਸੀਂ ਕਿਉਂ ਲਾਈਏ ਜਾਂ ਕੋਈ ਵੀ ਐਂਟੀ-ਥੈਫਟ ਜਿਹੜਾ ਡਿਵਾਈਸ ਆ ਉਹਨੂੰ ਕਿਸ ਤਰ੍ਹਾਂ ਇੰਸਟਾਲ ਕੀਤਾ ਜਾ ਸਕਦਾ ਹੈ ਉਹ ਕਹਿੰਦੇ ਵੀ ਜਦੋਂ ਸਮੇਂ ਦੇ ਨਾਲ-ਨਾਲ ਇੱਕ ਹੋਰ ਇਸ ਪਾਸੇ ਨੂੰ ਜਿਹੜੀ ਟਰਨ ਆ ਰਹੀ ਹੈ ਤੇ ਇਹ ਲੋਕਾਂ ਦੇ ਸਿਰ ਇੱਕ ਖਰਚਾ ਪਾਇਆ ਜਾ ਰਿਹਾ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਚਾਹੁੰਦੀ ਐ ਡਵਾਈਸ ਇੰਸਟਾਲ ਕਰਨਾ ਲੋਕ ਕਹਿੰਦੇ ਆ ਵੀ ਜੇ ਇੰਸ਼ੋਰੈਂਸ ਕੰਪਨੀ ਚਾਹੁੰਦੀ ਆ ਤਾਂ ਇੰਸ਼ੋਰੈਂਸ ਕੰਪਨੀ ਫਿਰ ਦੇ ਲਈ ਸਾਨੂੰ ਪੇ ਵੀ ਕਰੇ ਕੈਨੇਡੀਅਨ ਆਟੋ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਵਧਾ ਰਹੀਆਂ ਆ 329% ਜਿਹੜਾ ਦੱਸ ਰਹੀਆਂ ਆ ਕਿ ਜਿਹੜੀਆਂ ਆਟੋ ਥੈਫਟ ਦੇ ਵਿੱਚ ਪਿਛਲੇ 50 ਸਾਲਾਂ ਦੇ ਵਿੱਚ ਵਾਧਾ ਹੋਇਆ ਤੇ 1 ਬਿਲੀਅਨ ਤੋਂ ਜ਼ਿਆਦਾ ਦੀਆਂ ਕਾਰਾਂ ਚੋਰੀਆਂ ਚੋਰੀ ਸਾਲ ਦੇ ਵਿੱਚ ਹੋਈਆਂ ਉਹ ਆਪਣੀ ਜਗਾ ਸੱਚੀਆਂ ਨੇ ਪਰ ਲੋਕ ਆਪਣੀ ਜਗਾ ਸੱਚੇ ਆ ਅਸੀਂ ਇਹ ਵੱਧੂ ਪੈਸਾ ਕਿਉਂ ਲਈਏ ਕਵੈਕ ਕੈਨੇਡਾ ਦਾ ਸੂਬਾ ਆ ਤੇ ਬੜਾ ਵੱਖਰਾ ਜਿਹਾ ਸੂਬਾ ਆ ਇੱਥੇ ਫ੍ਰੈਂਚ ਜਿਹੜੀ ਜ਼ਿਆਦਾ ਬੋਲੀ ਜਾਂਦੀ ਆ ਫ੍ਰੈਂਚ ਡੋਮਿਨੈਂਟ ਪ੍ਰੋਵਿੰਸ ਆ ਦੋ ਭਾਸ਼ਾ ਸਾਡੀਆਂ ਤੁਹਾਨੂੰ ਪਤਾ ਕੈਨੇਡਾ ਦੀਆਂ ਇੱਕ ਇੰਗਲਿਸ਼ ਆ ਤੇ ਦੂਜੀ ਅਫੀਸ਼ੀਅਲ ਲੈਂਗੁਏਜ ਫ੍ਰੈਂਚ ਆ ਤੇ ਜਿਹੜੀ ਕੂਬੈਕ ਆ ਇਹਦੇ ਵਿੱਚ ਕਿਉਂਕਿ ਉਧਰਲੇ ਪਾਸੇ ਵਸਿਆ ਹੈ ਫਰਾਂਸ ਵਾਲੇ ਪਾਸੇ ਉਧਰ ਆ ਕੇ ਤੇ ਇੱਕ ਸੂਬਾ ਉਸ ਵੇਲੇ ਜਦੋਂ ਕੈਨੇਡਾ ਹਜੇ ਉਸ ਤਰ੍ਹਾਂ ਦਾ ਨਹੀਂ ਸੀ ਫਰੈਂਚ ਉੱਥੇ ਜ਼ਿਆਦਾ ਹੈ ਤੇ ਫਰੈਂਚ ਦੇ ਲਈ ਉਹ ਬਹੁਤ ਜ਼ਿਆਦਾ ਕਹਿ ਲਓ ਕਟੜ ਨੇ ਇਸ ਮਾਮਲੇ ਦੇ ਵਿੱਚ ਕਿ ਫਰੈਂਚ ਹੀ ਹੋਣੀ ਚਾਹੀਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਉੱਥੇ ਆਉਣ ਵੀ ਨਹੀਂ ਦਿੰਦੇ ਫਰੈਂਚ ਜ਼ਰੂਰੀ ਆਉਣੀ ਉੱਥੇ ਥੋੜੇ ਚਿਰ ਲਈ ਤੁਸੀਂ ਆਏ ਆ ਤਾਂ ਤੁਹਾਨੂੰ ਅੰਗਰੇਜ਼ੀ ਬੋਲੇ ਬੋਲ ਸਕਦੇ ਹਾਂ ਤੁਸੀਂ ਜੇ ਤੁਸੀਂ ਉੱਥੇ ਰਹਿਣ ਆਏ ਆ ਤਾਂ ਤੁਹਾਨੂੰ ਫ੍ਰੈਂਚ ਚਾਣੀ ਬਹੁਤ ਜ਼ਰੂਰੀ ਆ ਕਈ ਵਾਰੀ ਤੋਂ ਇਸ ਕੱਲ ਤੱਕ ਵੀ ਜਾਂਦੇ ਆ ਵੀ ਅੰਗਰੇਜ਼ੀ ਬੋਲਣ ਵਾਲੇ ਲੋਕ ਇੱਥੇ ਆ ਕਿ ਸਾਡੇ ਕਲਚਰ ਨੂੰ ਖਰਾਬ ਕਰ ਰਹੇ ਆ ਤੇ ਅਸੀਂ ਫ੍ਰੈਂਚ ਹੀ ਰੱਖਣੀ ਆ ਦੂਜਾ ਇਹ ਵੀ ਆ ਕਿ ਇਹਨਾਂ ਨੇ ਪਿੱਛੇ ਜਿਹੜਾ ਕਾਫੀ ਸਮਾਂ ਪਹਿਲਾਂ ਰੈਫਰੰਡਮ ਵੀ ਹੋਇਆ ਸੀ ਕਿ ਚਾਹੁੰਦੇ ਆ ਵੀ ਅਸੀਂ ਕੈਨੇਡਾ ਦੇ ਨਾਲ ਨਹੀਂ ਰਹਿਣਾ ਅਸੀਂ ਕੈਨੇਡਾ ਤੋਂ ਵੱਖਰੇ ਹੋ ਜਾਈਏ ਪਰ ਉਹ ਨਹੀਂ ਪਾਸ ਹੋ ਸਕਿਆ ਸੀ ਜਾਂ ਲੋਕਾਂ ਨੇ ਨਹੀਂ ਸਹਿਮਤੀ ਕੀਤੀ ਪਰ ਇਹ ਵੱਖਰਾ ਹੀ ਇਹਨਾਂ ਦਾ ਹਸਾਬ ਕਿਤਾਬ ਆ ਜਿਹੜਾ ਹੈ ਜਿਹੜੇ ਫ੍ਰੈਂਚ ਨੇ ਜਿਹੜੇ ਇਹ ਕੁਬੈਕ ਦੇ ਵਿੱਚ ਨੇ ਤੇ ਉਹ ਇਹ ਵੱਖਰੇ ਨੇ ਉੱਥੇ ਇਹਨਾਂ ਨੇ ਇੱਕ ਪਿੱਛੇ ਜੇ ਕਾਨੂੰਨ ਪਾਸ ਕੀਤਾ ਸੀ 19 ਦੇ ਵਿੱਚ ਉਹ ਕਾਨੂੰਨ ਇਹ ਕਹਿੰਦਾ ਸੀ ਵੀ ਜਿਹੜਾ ਧਾਰਮਿਕ ਚਿੰਨ੍ਹ ਪਾ ਕੇ ਕੋਈ ਵੀ ਬੰਦਾ ਨੌਕਰੀ ਨਹੀਂ ਕਰ ਸਕਦਾ ਸਰਕਾਰੀ ਕੁਝ ਨੌਕਰੀਆਂ ਜਿਨ੍ਹਾਂ ਤੇ ਮੰਨ ਲਓ ਕਿਸੇ ਨੇ ਹਜਾਬ ਪਾਇਆ ਮੁਸਲਮਾਨਾ ਕੋਈ ਜੂ ਹੈ ਉਹਨੇ ਟੋਪੀ ਲਈ ਹੈ ਕੋਈ ਮੁਸਲਮਾਨ ਨੇ ਟੋਪੀ ਲਈ ਹੈ ਕੋਈ ਸਿੱਖਾ ਉਹਨੇ ਪੱਗ ਬੰਨੀ ਆ ਜਾਂ ਕੋਈ 크ਿਸਚੀਅਨ ਆ ਉਹਨੇ ਕ੍ਰੋਸ ਪਾਇਆ ਇਹ ਕਹਿੰਦੇ ਸੀ ਇਹ ਨਹੀਂ ਪਾ ਸਕਦੇ ਇਹਨੇ ਬੰਦ ਕੀਤਾ ਬੜਾ ਸੈਕੂਲਰ ਕਿਸਮ ਦਾ ਇਹਨਾਂ ਦਾ ਜਿਹੜਾ ਹਸਾਬ ਕਿਤਾਬ ਆ ਬਿਲਕੁਲ ਉਸੇ ਤਰ੍ਹਾਂ ਜਿਸੇ ਤਰ੍ਹਾਂ ਫਰਾਂਸ ਦਾ ਆ ਵੀ ਇਹ ਧਰਮ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਤੇ ਸੈਕੂਲਰਿਜ਼ਮ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਵੀ ਧਰਮ ਨਿਰਪੱਖ ਹੋਣਾ ਚਾਹੀਦਾ ਆ ਲਗਭਗ ਉਹ ਫਰਾਂਸ ਦੀ ਤਰਜ਼ ਦੇ ਉੱਤੇ ਜਿੱਦਾਂ ਫਰਾਂਸ ਦੇ ਵਿੱਚ ਵੀ ਜਿਹੜਾ ਪੱਗ ਦਾ ਰੌਲਾ ਪਿਆ ਸੀ ਉੱਥੇ ਦਸਤਾਰ ਸੰਬੰਧੀ ਕਾਨੂੰਨ ਫਿਰ ਬਾਅਦ ਦੇ ਵਿੱਚ ਬਣਿਆ ਸੀ ਕਵੈਕ ਦੇ ਵਿੱਚ ਇਹਨਾਂ ਨੇ ਪਾਸ ਕਰਤਾ ਸੀ ਵੀ ਤੁਸੀਂ ਧਾਰਮਿਕ ਚਿੰਨ੍ਹ ਪਾ ਕੇ ਕੋਈ ਵੀ ਜਿਹੜੀ ਨੌਕਰੀ ਆ ਜਿਹੜੀਆਂ ਕੁਝ ਨੌਕਰੀਆਂ ਨੇ ਉਹ ਨਹੀਂ ਕਰ ਸਕਦੇ ਹੋ ਹੁਣ ਇਸ ਮਾਮਲੇ ਦੇ ਵਿੱਚ ਨਾ ਜਿਹੜੇ ਇੰਗਲਿਸ਼ ਸਕੂਲ ਸਿਕਰ ਉਹਨਾਂ ਨੇ ਛੋਟ ਦਿੱਤੀ ਸੀ ਵੀ ਤੁਸੀਂ ਉੱਥੇ ਪਾ ਸਕਦੇ ਹੋ ਉਹਨਾਂ ਸਕੂਲਾਂ ਦੇ ਵਿੱਚ ਹੁਣ ਕਵਿਕ ਕੋਰਟ ਆਫ ਅਪੀਲ ਨੇ ਇੱਕ ਡਿਸੀਜਨ ਨੂੰ ਅਫਹੈਲਡ ਕੀਤਾ ਪ੍ਰੋਵਿੰਸ ਨੇ ਫੈਸਲਾ ਕੀਤਾ ਸੀ ਕਿ ਜਿਹੜਾ ਸੈਕੂਲਿਜ਼ਮ ਲਾਅ ਆ ਜਿਹਦੇ ਤਹਿਤ ਜਿਹੜੇ ਸਿਵਲ ਸਰਵੰਟ ਨੇ ਸਰਕਾਰੀ ਕੰਮ ਕਰਨ ਵਾਲੇ ਨੇ ਉਹ ਰਿਲੀਜੀਅਸ ਸਿੰਬਲ ਕੰਮ ਦੇ ਉੱਤੇ ਨਹੀਂ ਪਾ ਸਕਦੇ ਇਹਦੇ ਵਿੱਚ ਫਿਰ ਉਹਨਾਂ ਨੇ ਫੈਸਲਾ ਕਰਤਾ ਸੀ ਵੀ ਜਿਹੜੇ ਇੰਗਲਿਸ਼ ਸਕੂਲ ਆ ਉੱਥੇ ਪਾਇਆ ਜਾ ਸਕਦਾ ਤੇ ਇਹ ਕਾਨੂੰਨ ਹਜੇ ਉਸੇ ਤਰ੍ਹਾਂ ਚੱਲਦਾ ਆਉਂਦਾ ਸੀ ਹੁਣ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਵਿੱਚ ਇਹਨਾਂ ਨੇ ਉਸ ਫੈਸਲੇ ਨੂੰ ਉਲਟਾ ਦਿੱਤਾ ਜਿਹੜਾ ਸਕੂਲਾਂ ਦੇ ਸਬੰਧੀ ਸੀਗਾ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਰੂਲਿੰਗ ਉਹ ਨੇ ਓਵਰਟਰਨ ਕੀਤਾ ਜਿਹੜੀ ਪਹਿਲੀ ਐਕਸੈਪਸ਼ਨ ਦਿੱਤੀ ਗਈ ਸੀ ਜਿਹੜੀ ਛੋਟ ਦਿੱਤੀ ਗਈ ਸੀ ਇੰਗਲਿਸ਼ ਸਕੂਲਾਂ ਨੂੰ ਕਿ ਤੁਸੀਂ ਇੰਗਲਿਸ਼ ਸਕੂਲਾਂ ਦੇ ਵਿੱਚ ਜਿਹੜਾ ਟੀਚਰ ਆਉ ਰਿਲੀਜੀਅਸ ਸਿੰਬਲ ਪਾ ਸਕਦਾ ਪਗ ਬਨ ਸਕਦਾ ਉਹ ਕਰਾਸ ਪਾ ਸਕਦਾ ਟੋਪੀ ਲੈ ਸਕਦਾ ਹਜਾਬ ਪਾਇਆ ਜਾ ਸਕਦਾ ਉਥੋਂ ਦੇ ਪ੍ਰੀਮੀਅਰ ਨੇ ਫਰਾਂਸਿਸ ਲਗੋ ਫਰਾਂਸਿਸ ਲਗੋ ਦੀ ਸਰਕਾਰ ਨੇ ਅਪੀਲ ਕੀਤੀ ਸੀ ਪਹਿਲੇ ਫੈਸਲੇ ਦੇ ਵਿਰੋਧ ਦੇ ਵਿੱਚ ਤੇ ਹੁਣ ਇਹਨਾਂ ਨੇ ਇਸ ਚੀਜ਼ ਨੂੰ ਕੋਰਟ ਨੇ ਅਫਰਡ ਕੀਤਾ ਉਹਨੂੰ ਉਸੇ ਤਰ੍ਹਾਂ ਰੱਖਿਆ ਹੈ ਅਪੀਲ ਕੋਰਟ ਦੇ ਜੱਜ ਨੇ ਇਹ ਕਿਹਾ ਹੈ ਕਿ ਇਹ ਜਿਹੜਾ ਲਾਅ ਆ ਕਿਸੇ ਤਰ੍ਹਾਂ ਦੇ ਵੀ ਤੁਹਾਡੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ ਇਹ ਲਾਅ ਜੂਨ 2019 ਤੋਂ ਬਣਿਆ ਆ ਇਦੇ ਵਿੱਚ ਟੀਚਰ ਵੀ ਆਉਂਦੇ ਆ ਇਹਦੇ ਵਿੱਚ ਪੁਲਿਸ ਵੀ ਆਉਂਦੀ ਆ ਇਹਦੇ ਵਿੱਚ ਅ ਦੂਜੇ ਸਿਵਲ ਸਰਵੰਟ ਵੀ ਆਉਂਦੇ ਆ ਵੀ ਇਹ ਇਹ ਕੰਮ ਕਰਨ ਦੇ ਲਈ ਤੁਸੀਂ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ ਤੇ ਜੱਜ ਨੇ ਜਿਹੜੀ ਇਹ ਇਲੈਕਟਡ ਅਫੀਸ਼ੀਅਲਸ ਆ ਉਹਨਾਂ ਦੇ ਲਈ ਇੱਕ ਸੈਕਸ਼ਨ ਰੱਖੀ ਮਾਲੋ ਤੁਸੀਂ ਚੋਣੀ ਲੈਂਦਾ ਕੋਈ ਤੁਹਾਨੂੰ ਤੁਸੀਂ ਜੋ ਮਰਜ਼ੀ ਕਰੋ ਪਰ ਜੇ ਤੁਸੀਂ ਟੀਚਰ ਹੋ ਜਾਂ ਇਹਨਾਂ ਕੈਟਾਗਰੀ ਦੇ ਵਿੱਚ ਆਉਨੇ ਆ ਪੁਲਿਸ ਆਫੀਸਰ ਹੋ ਜਾਂ ਹੋਰ ਸਿਵਲ ਸਰਵੰਟ ਆ ਉੱਥੇ ਇਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਅਲਾਓ ਨਹੀਂ ਕਰਦੇ ਜਿਹੜਾ ਗਰੁੱਪ ਨੇ ਚੈਲੰਜ ਕੀਤਾ ਸੀ ਲਾ ਨੂੰ ਉਹਨਾਂ ਦਾ ਉਹਨਾਂ ਦੀ ਦਲੀਲ ਇਹ ਸੀ ਕਿ ਇਹ ਮੁਸਲਮ ਔਰਤਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਆ ਇਸ ਕਰਕੇ ਇਹਨੂੰ ਬਦਲਿਆ ਜਾਣਾ ਚਾਹੀਦਾ ਸੋ ਕੁਝ ਕਲੋਜ਼ ਦੇ ਨਾਲ ਇਹਨੂੰ ਪ੍ਰੋਟੈਕਟ ਕੀਤਾ ਗਿਆ ਹੈ ਜਿਹੜੇ ਕ੍ਰਿਟਿਕ ਨੇ ਉਹ ਡਿਸਪਾਇੰਟ ਹੋਏ ਨੇ ਨਰਾਸ਼ ਹੋਏ ਨੇ ਤੇ ਉਹ ਕਹਿੰਦੇ ਵੀ ਅਸੀਂ ਆਪਣੀ ਇਸ ਕਾਨੂੰਨ ਦੇ ਵਿਰੁੱਧ ਲੜਾਈ ਜਾਰੀ ਰੱਖਣੀ ਹੈ ਸਾਨੂੰ ਇਹ ਅਸੀਂ ਇਹਨੂੰ ਇਸ ਤਰ੍ਹਾਂ ਕਬੂਲ ਨਹੀਂ ਕਰਦੇ ਤੇ ਹੁਣ ਅੱਗੇ ਇਹ ਲੀਗਲ ਚੈਲੰਜ ਹੋ ਸਕਦੇ ਆ ਤੇ ਫੈਸਲਾ ਜਿਹੜਾ ਇਹ ਅਲਟੀਮੇਟਲੀ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਜਾ ਸਕਦਾ ਆ ਸੋ ਇਹ ਜਿਹੜਾ ਲਾਇਲਟੀ ਐਕਟ ਕਹਿੰਦੇ ਆ ਇਹਨੂੰ ਕੋਇਨਸ ਲਾਇਲਟੀ ਐਕਟ ਜਿਹੜਾ ਕਿ ਲਾ ਬਣਿਆ ਸੀ ਜੂਨ 2119 ਦੇ ਵਿੱਚ ਜਿਹਦੇ ਵਿੱਚ ਸਿਵਲ ਸਰਵੰਟ ਟੀਚਰ ਪੁਲਿਸ ਆਫੀਸਰ ਸਰਕਾਰੀ ਜਿਹੜੇ ਪ੍ਰੋਸੀਕਿਊਟਰਸ ਨੇ ਉਹਨਾਂ ਨੂੰ ਰਿਲੀਜੀਅਸ ਸਿੰਬਲ ਕੰਮ ਦੇ ਉੱਤੇ ਪਹਿਨਣ ਦੇ ਲਈ ਮਨਾ ਕੀਤਾ ਸੀ ਬੋਤਾਂ ਜ਼ਿਆਦਾ ਰੌਲਾ ਉਦੋਂ ਵੀ ਪਿਆ ਸੀ ਇਹਦਾ ਜਦੋਂ ਇਹ ਕਾਨੂੰਨ ਬਣਿਆ ਸੀ ਤੇ ਉਸ ਵੇਲੇ ਵੀ ਤੇ ਲਗਾਤਾਰ ਇਹਦੀ ਚਰਚਾ ਉਸੇ ਤਰ੍ਹਾਂ ਰਹੀ ਸੀ ਕਿ ਇਹ ਜਿਹੜਾ ਕੋਈ ਵੀ ਪਬਲਿਕ EMPLOYE ਜਿਹੜੇ ਕੋਲੇ ਵੈਪਨ ਪੁਲਿਸ ਅਫੀਸਰ ਕੋਰਟ ਹਾਊਸ ਕਨਸਟੇਬਲ ਬੋਡੀਗਾਰਡ ਪ੍ਰिजन ਗਾਰਡ ਵਾਈਲਡਲਾਈਫ ਅਫੀਸਰ ਕ੍ਰਾਊਨ ਪ੍ਰੋਸੀਕਿਊਟਰ ਗਵਰਨਮੈਂਟ ਲਾਰ ਗਵਰਨਮੈਂਟ ਦੇ ਜੱਜ ਸਕੂਲ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਤੇ ਟੀਚਰ ਇਹਨਾਂ ਸਾਰਿਆਂ ਦੇ ਲਈ ਇਹ ਲਾਗੂ ਹੁੰਦਾ ਸੀ ਹੁਣ ਕੋਰਟ ਨੇ ਇਹਨੂੰ ਉਸੇ ਤਰ੍ਹਾਂ ਹੀ ਜਿਹੜਾ ਰੱਖਿਆ ਵੀ ਨਹੀਂ ਅਸੀਂ ਜਿਹੜੇ ਇੰਗਲਿਸ਼ ਸਕੂਲਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ ਐਕਸੈਪਸ਼ਨ ਦਿੱਤੀ ਗਈ ਸੀ ਉਹਨਾਂ ਨੂੰ ਅਸੀਂ ਐਕਸੈਪਸ਼ਨ ਨਹੀਂ ਦੇ ਰਹਾ ਮਤਲਬ ਇਹ ਆ ਕਿ ਇਹ ਕਾਨੂੰਨ ਸਾਰਿਆਂ ਦੇ ਉੱਤੇ ਉਸੇ ਤਰ੍ਹਾਂ ਹੀ ਲਾਗੂ ਹੋਊਗਾ ਜਿਦਾ ਬਾਕੀ ਕੋਈ ਇੱਕ ਸੂਬੇ ਦੇ ਵਿੱਚ ਇਹ ਕਾਨੂੰਨ ਲਾਗੂ ਹੁੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ